ਸਤਿ ਸ਼੍ਰੀ ਅਕਾਲ ਪੰਜਾਬ ਸਟਾਰ ਟੀਵੀ ਦੇ ਨਾਰਥ ਅਮਰੀਕਾ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਮੁੱਖ ਖਬਰਾਂ ਦੇ ਨਾਲ। 10 ਲੱਖ ਤੋਂ ਵੱਧ ਕੈਨੇਡੀਅਨ ਲੋਕਾਂ ਨੇ ਕੋਰੋਨਾ ਵਾਇਰਸ ਕਾਰਨ ਗੁਆਈਆਂ ਨੌਕਰੀਆਂ। ਮੈਨੀਟੋਬਾ ਵਿੱਚ 25,000 ਤੋਂ ਵੱਧ ਲੋਕ ਹੋਏ ਬੇਰੁਜ਼ਗਾਰ। ਭਾਰਤੀ ਵਿਦਿਆਰਥੀਆਂ ਨੂੰ ਰਾਜਦੂਤ ਸੰਧੂ ਦੀ ਸਲਾਹ। ਅਲਬਰਟਾ ਵਿੱਚ 1651 ਪੀੜਤ, 800 ਤੋਂ ਵੱਧ ਹੋਏ ਤੰਦਰੁਸਤ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਕਰੀਬੀ ਦੋਸਤ ਸਟੇਨਲੀ ਚੇਰਾ ਦੀ ਕੋਰੋਨਾ ਵਾਇਰਸ ਨਾਲ ਮੌਤ। ਆਨਲਾਈਨ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਦੇਵੇਗੀ ਵਰਕ ਪਰਮਿਟ। ਹੈਲਥ ਕੈਨੇਡਾ ਨੇ ਕੋਵਿਡ 19 ਟੈਸਟਿੰਗ ਕਿੱਟਸ ਨੂੰ ਦਿੱਤੀ ਮਨਜ਼ੂਰੀ। $73 billion ਦੇ ਵੇਜ ਸਬਸਿਡੀ ਪ੍ਰੋਗਰਾਮ ਨੂੰ ਮਿਲੀ ਹਰੀ ਝੰਡੀ। ਓਨਟਾਰੀਓ ਵਿੱਚ ਕੋਵਿਡ 19 ਕਾਰਨ ਹੋਈਆਂ 32 ਹੋਰ ਮੌਤਾਂ ਤੇ ਟਰੰਪ ਦੇ ਹੱਥ ਕਾਰਨ ਮਹਾਮਾਰੀ ਦੀ ਮਾਰ ਹੇਠ ਆਇਆ ਅਮਰੀਕਾ। ਤੇ ਹੁਣ ਖਬਰਾਂ ਦਾ ਵਿਸਥਾਰ। ਦੁਨੀਆ ਭਰ ਦੇ ਮੁਲਕ ਇਸ ਵੇਲੇ ਜਿੱਥੇ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਨਾਲ ਜੂਝ ਰਹੇ ਨੇ, ਉੱਥੇ ਹੀ ਹੁਣ ਸਮੁੱਚੀ ਦੁਨੀਆ ਵਿੱਚ ਆਰਥਿਕ ਮੰਦਵਾੜੇ ਦਾ ਖਤਰਾ ਵੀ ਮੰਡਰਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਨੇ ਇੱਕ ਅੰਕੜੇ ਜਾਰੀ ਕਰਦਿਆਂ ਕਿਹਾ ਹੈ ਕਿ ਸਿਰਫ ਮਾਰਚ ਮਹੀਨੇ ਦੌਰਾਨ ਹੀ 10 ਲੱਖ ਤੋਂ ਵੱਧ ਕੈਨੇਡੀਅਨਸ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਤੇ ਬੇਰੁਜ਼ਗਾਰੀ ਦੀ ਦਰ ਵਿੱਚ ਵੀ 7.8% ਵਾਧਾ ਹੋਇਆ ਹੈ। ਜਦਕਿ ਅਰਥ ਸ਼ਾਸਤਰੀ ਇਹ ਉਮੀਦ ਕਰ ਰਹੇ ਸਨ ਕਿ ਇਹ ਅੰਕੜਾ 5 ਲੱਖ ਨੌਕਰੀਆਂ ਤੱਕ ਹੀ ਸਿਮਟ ਜਾਵੇਗਾ। ਮਾਹਿਰ ਮੰਨਦੇ ਨੇ ਕਿ 1976 ਤੋਂ ਬਾਅਦ ਕੈਨੇਡਾ ਵਿੱਚ ਇਹ ਬੇਰੁਜ਼ਗਾਰੀ ਦੀ ਦਰ ਵਿੱਚ ਸਭ ਤੋਂ ਵੱਡਾ ਮਹੀਨਾਵਾਰ ਵਾਧਾ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ ਮਾਰਚ ਮਹੀਨੇ ਦੇ ਇਹਨਾਂ ਅੰਕੜਿਆਂ ਤੋਂ ਪਹਿਲਾਂ ਕੈਨੇਡੀਅਨ ਨੌਕਰੀਆਂ ਲਈ ਸਭ ਤੋਂ ਭੈੜਾ ਮਹੀਨਾ ਜਨਵਰੀ 2009 ਸੀ, ਜਦੋਂ ਲੋਕਾਂ ਨੇ 1,24,400 ਨੌਕਰੀਆਂ ਗੁਆ ਦਿੱਤੀਆਂ ਸਨ। ਮਾਰਚ 2020 ਦੇ ਅੰਕੜਿਆਂ ਨੇ ਇਹ ਅੰਕੜਾ ਵੀ ਮਿਟਾ ਦਿੱਤਾ ਹੈ। ਨੌਕਰੀਆਂ ਦੇ ਘਾਟੇ ਦਾ ਸਭ ਤੋਂ ਵੱਡਾ ਹਿੱਸਾ ਰਿਹਾਇਸ਼ੀ ਤੇ ਭੋਜਨ ਸੇਵਾਵਾਂ ਦੇ ਖੇਤਰ ਵਿੱਚ ਆਇਆ ਹੈ, ਜੋ ਕਿ ਤਕਰੀਬਨ 1/4 ਰਹਿ ਗਿਆ। ਅਗਲਾ ਮੁਸ਼ਕਿਲ ਖੇਤਰ IT, ਕਲਾ ਤੇ ਸੱਭਿਆਚਾਰ ਹੈ, ਜਿਸ ਵਿੱਚ 13% ਗਿਰਾਵਟ ਹੋਈ ਹੈ। ਸਿੱਖਿਆ ਖੇਤਰ ਵਿੱਚ 9%, ਜਦਕਿ ਥੋਕ ਤੇ ਪ੍ਰਚੂਨ ਦੇ ਵਪਾਰ ਵਿੱਚ 7% ਦੀ ਗਿਰਾਵਟ ਹੋਈ ਹੈ। ਕੁਦਰਤੀ ਸਰੋਤਾਂ ਤੇ ਖੇਤੀਬਾੜੀ ਨੂੰ ਛੱਡ ਕੇ ਸਿਰਫ ਹਰ ਖੇਤਰ ਦੀਆਂ ਨੌਕਰੀਆਂ ਖਤਮ ਹੋ ਗਈਆਂ ਨੇ, ਜਿਨ੍ਹਾਂ ਨੇ ਕੈਨੇਡਾ ਦੀ ਭੋਜਨ ਸਪਲਾਈ ਲੜੀ ਨੂੰ ਮਜ਼ਬੂਤ ਰੱਖਣ ਲਈ ਸਰਗਰਮੀਆਂ ਵਧਾਉਂਦਿਆਂ ਤਕਰੀਬਨ 7,000 ਨੌਕਰੀਆਂ ਜੋੜੀਆਂ। ਕੋਵਿਡ-19 ਕਾਰਨ ਕੈਨੇਡਾ ਦੇ ਹਰ ਸੂਬੇ ਵਿੱਚ ਹੀ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਏ, ਪਰ ਲਗਭਗ 2/3 ਨੁਕਸਾਨ ਓਨਟਾਰੀਓ ਤੇ ਕਿਊਬੈਕ ਵਿੱਚ ਹੋਇਆ ਏ, ਜਿਨ੍ਹਾਂ ਨੇ ਕ੍ਰਮਵਾਰ 4,03,000 ਤੇ 2,64,000 ਨੌਕਰੀਆਂ ਗੁਆਈਆਂ। ਮੈਨੀਟੋਬਾ ਨੇ ਵੀ ਪਿਛਲੇ 4 ਦਹਾਕਿਆਂ ਵਿੱਚ ਕਿਸੇ ਵੀ ਮਹੀਨੇ ਦੇ ਮੁਕਾਬਲੇ ਮਾਰਚ ਵਿੱਚ ਵਧੇਰੇ ਨੌਕਰੀਆਂ ਗੁਆਈਆਂ। ਪਿਛਲੇ ਮਹੀਨੇ ਲਗਭਗ 25,300 ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ, ਜਿਨ੍ਹਾਂ ਵਿੱਚ 11,900 ਉਹ ਲੋਕ ਸ਼ਾਮਿਲ ਨੇ ਜਿਨ੍ਹਾਂ ਨੂੰ ਅਸਥਾਈ ਤੌਰ ਤੇ ਕੰਮਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅਰਥ ਸ਼ਾਸਤਰੀਆਂ ਨੇ ਇਹ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਅਗਲੇ ਮਹੀਨੇ ਦੀ ਰਿਪੋਰਟ ਵਿੱਚ ਇਹ ਗਿਰਾਵਟ ਹੋਰ ਵੀ ਵੱਡੀ ਹੋ ਸਕਦੀ ਹੈ ਤੇ ਇਹ ਸਭ ਇਸ ਤੇ ਨਿਰਭਰ ਕਰਦਾ ਹੈ ਕਿ ਤਾਲਾਬੰਦੀ ਦਾ ਇਹ ਸਮਾਂ ਕਿੰਨਾ ਲੰਬਾ ਚੱਲਦਾ ਹੈ। Previously announced that to qualify for the subsidy, businesses would have to show a 30% drop in revenues when comparing the month this year to the month the previous year. We recognize that this could be an issue for nonprofits, fast-going growing companies like startups, and new businesses, so we're going to put in place more flexible rules. Companies will now have the option of using January and February of this year as reference points to show a 30% loss. And businesses will only need to show a 15% decline in revenue for March instead of 30%, because most of us only felt the impact of COVID-19 about halfway through the month. We understand that charities and nonprofits are experiencing different types of pressures when it comes to funding. For this reason, they will have the choice to include or exclude government funding when calculating loss in revenue. If your company or organization has been impacted by COVID-19, the government will give you up to $847 a week per employee. And as we've said before, this subsidy will be retroactive to March 15th. Our government understands that not all businesses operate the same way, and that's why we're making changes to include as many of you as possible. We will keep listening, but we really hope you will use this help from your country and from your fellow citizens to rehire and pay your workers. If our economy is to get through this, we need businesses to survive and workers to get paid. Job numbers for March will be out tomorrow, and it's going to be a hard day for the country. We're facing a unique challenge, but I know that if we pull together, our economy will come roaring back after this crisis. ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਨੂੰ ਅਚਾਨਕ ਬੰਦ ਕਰ ਦਿੱਤੇ ਜਾਣ ਅਤੇ ਜਾਰੀ ਲੋਕਡਾਊਨ ਦੇ ਚਲਦਿਆਂ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਿੱਥੇ ਹਨ ਉੱਥੇ ਹੀ ਰਹਿਣ ਦੀ ਸਲਾਹ ਦਿੱਤੀ ਹੈ।
ਤੇ ਸੰਕਟ ਦੀ ਇਸ ਸਥਿਤੀ ਵਿੱਚ ਉਹਨਾਂ ਨੇ ਮਦਦ ਦਾ ਪੂਰਾ ਭਰੋਸਾ ਦਿੱਤਾ ਹੈ। ਸੰਧੂ ਨੇ ਭਾਰਤੀ ਦੂਤਘਰ ਵੱਲੋਂ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਤੇ ਸਿੱਧੇ ਪ੍ਰਸਾਰਣ ਵਿੱਚ ਕਰੀਬ 500 ਭਾਰਤੀ ਵਿਦਿਆਰਥੀਆਂ ਨੂੰ ਸੁਣਿਆ। ਇਸ ਪ੍ਰੋਗਰਾਮ ਦਾ ਪ੍ਰਬੰਧ ਇੰਡੀਆ ਸਟੂਡੈਂਟ ਹੱਬ ਟੀਮ ਵੱਲੋਂ ਕੀਤਾ ਗਿਆ ਸੀ। ਅਮਰੀਕਾ ਵਿੱਚ ਕਰੀਬ 2,50,000 ਭਾਰਤੀ ਵਿਦਿਆਰਥੀ ਨੇ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਦਿਆਰਥੀ ਅਚਾਨਕ ਯੂਨੀਵਰਸਿਟੀਆਂ ਬੰਦ ਕੀਤੇ ਜਾਣ ਤੇ ਹੋਸਟਲਾਂ ਨੂੰ ਖਾਲੀ ਕਰਨ ਦੇ ਲਈ ਕਹੇ ਜਾਣ ਤੋਂ ਬਾਅਦ ਵੀ ਫਸੇ ਹੋਏ ਨੇ। ਦੇਸ਼ ਵਿੱਚ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਧਿਕਾਰੀਆਂ ਦੁਆਰਾ ਘਰ ਵਿੱਚ ਰਹਿਣ ਸੰਬੰਧੀ ਆਦੇਸ਼ਾਂ ਦੀ ਵੀ ਉਹਨਾਂ ਨੂੰ ਪਾਲਣਾ ਕਰਨੀ ਪੈ ਰਹੀ ਹੈ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਪਹਿਲਾਂ ਹੀ ਕੋਰੋਨਾ ਨਾਲ ਨਜਿੱਠਣ ਲਈ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਸੰਧੂ ਨੇ ਸਿੱਧੇ ਪ੍ਰਸਾਰਣ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸ ਸਮੇਂ ਸਭ ਤੋਂ ਸਹੀ ਇਹ ਹੈ ਕਿ ਤੁਸੀਂ ਜਿੱਥੇ ਹੋ ਉੱਥੇ ਹੀ ਰਹੋ। ਉਹਨਾਂ ਕਿਹਾ ਕਿ ਭਾਰਤੀ ਦੂਤਘਰ ਉਹਨਾਂ ਨੂੰ ਵੀਜ਼ਾ ਜਾਰੀ ਕਰਨ ਦੇ ਵਿਸ਼ੇ ਤੇ ਲਗਾਤਾਰ ਅਮਰੀਕੀ ਸਰਕਾਰ ਦੇ ਸੰਪਰਕ ਵਿੱਚ ਹੈ। ਅਲਬਰਟਾ ਵਿੱਚ ਪਿਛਲੇ 24 ਘੰਟਿਆਂ ਦੀ ਆਈ ਰਿਪੋਰਟ ਮੁਤਾਬਕ ਕੁੱਲ ਕੇਸ 1651 ਹੋ ਗਏ ਨੇ, ਜਿਸ ਵਿੱਚ 69 ਕੇਸ ਨਵੇਂ ਦਰਜ ਹੋਏ ਨੇ ਤੇ ਕੁੱਲ ਮੌਤਾਂ ਦੀ ਗਿਣਤੀ 44 ਹੋ ਚੁੱਕੀ ਹੈ। ਇਹਨਾਂ ਵਿੱਚੋਂ 800 ਤੋਂ ਵੱਧ ਮਰੀਜ਼ ਤੰਦਰੁਸਤ ਵੀ ਹੋਏ ਨੇ। ਸਿਹਤ ਵਿਭਾਗ ਨੇ ਵੱਖ ਵੱਖ ਜ਼ੋਨਾਂ ਵਿੱਚੋਂ 216 ਕੇਸ ਕਮਿਊਨਿਟੀ ਵਿੱਚੋਂ ਗ੍ਰਹਿਣ ਹੋਣ ਦੀ ਗੱਲ ਕੀਤੀ ਹੈ। ਇਸ ਸਮੇਂ 47 ਲੋਕ ਹਸਪਤਾਲ ਵਿੱਚ ਦਾਖਲ ਨੇ, ਜਿਨ੍ਹਾਂ ਵਿੱਚੋਂ 13 ICU ਵਿੱਚ ਦਾਖਲ ਕਰਵਾਏ ਗਏ ਨੇ। ਕੋਵਿਡ-19 ਲਈ 77,316 ਲੋਕਾਂ ਦੀ ਜਾਂਚ ਕੀਤੀ ਗਈ ਹੈ ਤੇ ਲੈਬ ਦੁਆਰਾ ਕੁੱਲ 75,278 ਟੈਸਟ ਕੀਤੇ ਗਏ ਨੇ। ਪਿਛਲੇ 24 ਘੰਟਿਆਂ ਵਿੱਚ 2900 ਟੈਸਟ ਪੂਰੇ ਹੋਏ ਨੇ। ਰਿਪਬਲਿਕਨ ਪਾਰਟੀ ਦੇ ਸਭ ਤੋਂ ਵੱਡੇ ਸਮਰਥਕ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਦੋਸਤ ਸਟੇਨਲੀ ਚੇਰਾ ਦਾ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ। ਸਟੇਨਲੀ ਨਿਊਯਾਰਕ ਵਿੱਚ ਸਭ ਤੋਂ ਵੱਡੇ ਰੀਅਲ ਅਸਟੇਟ ਡਿਵੈਲਪਰਾਂ ਵਿੱਚੋਂ ਇੱਕ ਸਨ ਤੇ ਉਹਨਾਂ ਨੂੰ ਕੱਟੜ ਰਿਪਬਲਿਕਨ ਸਮਰਥਕ ਮੰਨਿਆ ਜਾਂਦਾ ਸੀ। ਸਟੇਨਲੀ ਨੇ ਹੀ ਟਰੰਪ ਦੇ ਚੋਣ ਪ੍ਰਚਾਰ ਲਈ ਵੱਡੀ ਰਕਮ ਦਾਨ ਕੀਤੀ ਸੀ। ਸਟੇਨਲੀ ਅਕਸਰ ਟਰੰਪ ਨੂੰ ਜਨਤਕ ਮੰਚਾਂ ਤੇ ਆਪਣਾ ਨਜ਼ਦੀਕੀ ਦੋਸਤ ਦੱਸਦੇ ਰਹੇ ਸਨ। ਸਟੇਨਲੀ ਨਾ ਸਿਰਫ ਰਿਪਬਲਿਕਨ ਪਾਰਟੀ ਦਾ ਸਮਰਥਕ ਸੀ, ਸਗੋਂ ਡੋਨਲਡ ਟਰੰਪ ਦਾ ਕਰੀਬੀ ਦੋਸਤ ਤੇ ਸਲਾਹਕਾਰ ਵੀ ਮੰਨਿਆ ਜਾਂਦਾ ਸੀ। ਫੈਡਰਲ ਇਲੈਕਸ਼ਨ ਕਮਿਸ਼ਨ ਦੇ ਅਨੁਸਾਰ ਸਾਲ 2016 ਤੋਂ 2019 ਦੇ ਵਿਚਕਾਰ ਸਟੇਨਲੀ ਨੇ ਰਿਪਬਲਿਕਨ ਪਾਰਟੀ ਟਰੰਪ ਦੇ ਚੋਣ ਪ੍ਰਚਾਰ ਲਈ $4 million ਯਾਨੀ ਕਿ ਲਗਭਗ 3 ਕਰੋੜ ਰੁਪਏ ਦਾਨ ਕੀਤੇ ਸਨ। ਸਟੇਨਲੀ ਦਾ ਪਰਿਵਾਰ ਬੱਚਿਆਂ ਲਈ ਖਿਡੌਣੇ ਬਣਾਉਣ ਵਾਲੀ ਕੰਪਨੀ ਦਾ ਮਾਲਕ ਸੀ, ਪਰ ਨਿਊਯਾਰਕ ਆ ਕੇ ਰੀਅਲ ਅਸਟੇਟ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਉਸਨੇ ਫੈਸਲਾ ਕੀਤਾ। ਸਟੇਨਲੀ ਦੀ ਰੀਅਲ ਅਸਟੇਟ ਕੰਪਨੀ ਕ੍ਰਾਊਨ ਐਕਵਿਜ਼ਨ ਕਾਫੀ ਮਸ਼ਹੂਰ ਹੈ। ਇਸ ਕੰਪਨੀ ਕੋਲ ਨਿਊਯਾਰਕ ਦੀ ਕਈ ਪ੍ਰਸਿੱਧ ਜਾਇਦਾਦਾਂ ਜਿਵੇਂ ਸੈਂਟ ਰੈਜਿਸ ਨਿਊਯਾਰਕ ਤੇ ਕਾਰਟਰ ਮੈਂਸ਼ਨ ਵੀ ਨੇ। ਕੈਨੇਡਾ ਵਿੱਚ ਆਨਲਾਈਨ ਪੜ੍ਹਾਈ ਕਰਨ ਵਾਲੇ ਕੌਮਾਂਤਰੀ ਵਿਦਿਆਰਥੀ ਵੀ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਯੋਗ ਮੰਨੇ ਜਾਣਗੇ। ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਫੈਡਰਲ ਸਰਕਾਰ ਵੱਲੋਂ ਕਈ ਇਮੀਗ੍ਰੇਸ਼ਨ ਯੋਜਨਾਵਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ, ਜਿਨ੍ਹਾਂ ਤਹਿਤ ਕੈਨੇਡਾ ਤੋਂ ਬਾਹਰ ਰਹਿ ਕੇ ਆਨਲਾਈਨ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਰਕ ਪਰਮਿਟ ਜਾਰੀ ਕੀਤੇ ਜਾਣਗੇ। ਦੱਸ ਦਈਏ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਰਾਹੀਂ ਇੰਟਰਨੈਸ਼ਨਲ ਸਟੂਡੈਂਟਸ ਨੂੰ 3 ਸਾਲ ਕੈਨੇਡਾ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਤੇ ਇਸ ਤਜਰਬੇ ਦੇ ਆਧਾਰ ਤੇ PR ਦਾ ਰਾਹ ਵੀ ਸੁਖਾਲਾ ਹੋ ਜਾਂਦਾ ਹੈ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਮੁਲਕ ਵਿੱਚ ਕੰਮ ਦਾ ਤਜਰਬਾ ਹਾਸਲ ਕਰਨ ਵਾਲੇ ਸਥਾਨਕ ਸਮਾਜ ਵਿੱਚ ਜਲਦ ਘੁਲ ਮਿਲ ਜਾਂਦੇ ਨੇ, ਜਦਕਿ ਵਿਦੇਸ਼ਾਂ ਤੋਂ PR ਲੈ ਕੇ ਆਉਣ ਵਾਲਿਆਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ। ਯਾਦ ਰਹੇ ਕਿ 18 ਮਾਰਚ ਤੋਂ ਬਾਅਦ ਸਟੱਡੀ ਵੀਜ਼ਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 30 ਜੂਨ ਤੱਕ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ, ਜਿਸ ਦੇ ਮੱਦੇਨਜ਼ਰ ਉਹ ਆਪਣੇ ਜੱਦੀ ਮੁਲਕ ਵਿੱਚ ਰਹਿ ਕੇ ਆਨਲਾਈਨ ਪੜ੍ਹਾਈ ਕਰ ਸਕਦੇ ਨੇ। ਹੈਲਥ ਕੈਨੇਡਾ ਵੱਲੋਂ ਕੋਵਿਡ-19 ਲਈ ਨਵੇਂ ਰੈਪਿਡ ਟੈਸਟ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਹੜਾ 1 ਘੰਟੇ ਦੇ ਅੰਦਰ ਅੰਦਰ ਨਤੀਜੇ ਦੇ ਸਕਦਾ ਹੈ। ਇਸ ਨਾਲ ਪਬਲਿਕ ਹੈਲਥ ਲੈਬੋਰਟਰੀਜ਼ ਉੱਤੇ ਪਿਆ ਬੋਝ ਵੀ ਘੱਟ ਜਾਵੇਗਾ ਤੇ ਟੈਸਟਿੰਗ ਕਿੱਟਸ ਦੀ ਕਿੱਲਤ ਦਾ ਮਾਮਲਾ ਵੀ ਸੁਲਝ ਜਾਏਗਾ। ਓਟਵਾ ਸਥਿਤ ਸਪਾਰਟਨ ਬਾਇਓਸਾਇੰਸ ਨੂੰ ਵੀਕਐਂਡ ਉੱਤੇ ਇਹ ਮਨਜ਼ੂਰੀ ਮਿਲੀ ਤੇ ਉਹ ਸੋਮਵਾਰ ਤੱਕ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਇਹ ਟੈਸਟ ਭੇਜਣੇ ਸ਼ੁਰੂ ਕਰ ਦਿੱਤੇ ਨੇ। ਇਹ ਜਾਣਕਾਰੀ ਕੰਪਨੀ ਦੇ ਚੀਫ ਐਗਜ਼ੈਕਟਿਵ ਅਧਿਕਾਰੀ ਨੇ ਦਿੱਤੀ। ਉਹਨਾਂ ਦੱਸਿਆ ਕਿ ਕੰਪਨੀ ਕੋਲ ਫੈਡਰਲ ਸਰਕਾਰ, ਓਨਟਾਰੀਓ ਤੇ ਕਿਊਬਿਕ ਦੇ ਨਾਲ ਨਾਲ ਅਲਬਰਟਾ ਲਈ ਰੈਪਿਡ ਕੋਵਿਡ-19 ਟੈਸਟ ਕਰਨ ਦਾ ਕੰਟਰੈਕਟ ਹੈ। ਡਾਕਟਰ ਲੈਮ ਨੇ ਆਖਿਆ ਕਿ ਹੋਰ ਪ੍ਰੋਵਿੰਸਾਂ ਦੀ ਕੰਪਨੀ ਨਾਲ ਕੰਮ ਕਰਨ ਲਈ ਨਵੇਂ ਰਾਹ ਲੱਭਣ ਦੀ ਤਿਆਰੀ ਕਰ ਰਹੀਆਂ ਨੇ, ਪਰ ਹਾਲ ਦੀ ਘੜੀ ਉਹਨਾਂ ਦਾ ਐਲਾਨ ਨਹੀਂ ਕੀਤਾ ਗਿਆ। ਹੁਣ ਤੱਕ ਕੋਵਿਡ-19 ਟੈਸਟ ਵੱਡੀਆਂ ਪੋਲੀਮਰਸ ਚੇਨ ਰਿਐਕਸ਼ਨ ਮਸ਼ੀਨਾਂ ਰਾਹੀਂ ਕੀਤੇ ਜਾਂਦੇ ਸਨ, ਪਰ ਸਪਾਰਟਨ ਟੈਸਟ ਹੱਥ ਵਿੱਚ ਫੜੇ ਜਾ ਸਕਣ ਵਾਲੇ DNA ਐਨਾਲਾਈਜ਼ਰ ਰਾਹੀਂ ਕੀਤੇ ਜਾਂਦੇ ਨੇ, ਜੋ ਕਿ ਹਸਪਤਾਲਾਂ ਤੇ ਹੋਰਨਾਂ ਸੰਸਥਾਵਾਂ ਨੂੰ ਮਰੀਜ਼ਾਂ ਦੀ ਜਾਂਚ ਕਰਨ ਤੇ ਪ੍ਰੋਵਿੰਸ਼ੀਅਲ ਲੈਬ ਵਿੱਚ ਸੈਂਪਲ ਭੇਜਣ ਦੀ ਬਜਾਏ ਥੋੜੇ ਚਿਰ ਵਿੱਚ ਉੱਥੇ ਹੀ ਨਤੀਜੇ ਮੁਹੱਈਆ ਕਰਵਾਉਣ ਦੀ ਸਮਰੱਥਾ ਰੱਖਦੇ ਨੇ। ਇਹ ਫੈਸਲਾ ਨਾ ਸਿਰਫ ਪੇਂਡੂ ਤੇ ਦੂਰ ਦਰਾਜ ਦੇ ਇਲਾਕਿਆਂ ਲਈ ਅਹਿਮ ਹੈ, ਸਗੋਂ ਉਹਨਾਂ ਮੂਲ ਵਾਸੀ ਕਮਿਊਨਿਟੀਜ਼ ਲਈ ਵੀ ਫਾਇਦੇਮੰਦ ਹੈ, ਜਿਨ੍ਹਾਂ ਦੀਆਂ ਵੱਡੀਆਂ PCR ਮਸ਼ੀਨਾਂ ਤੱਕ ਕੋਈ ਪਹੁੰਚ ਨਹੀਂ ਹੈ। ਅਜਿਹੇ ਵਿੱਚ ਇਹਨਾਂ ਨਾਲ ਨਤੀਜੇ ਤੇਜ਼ੀ ਨਾਲ ਮਿਲ ਸਕਿਆ ਕਰਨਗੇ। ਕੋਵਿਡ-19 ਮਹਾਮਾਰੀ ਦੌਰਾਨ ਆਰਥਿਕ ਤੰਗੀ ਵਿੱਚੋਂ ਲੰਘ ਰਹੇ ਕਾਰੋਬਾਰਾਂ ਤੇ ਵਰਕਰਾਂ ਦੀ ਮਦਦ ਕਰਨ ਲਈ ਨਿਰਧਾਰਿਤ $73 billion ਦੇ ਵੇਜ ਸਬਸਿਡੀ ਪ੍ਰੋਗਰਾਮ ਨੂੰ ਪਾਸ ਕਰਵਾਉਣ ਲਈ ਟਰੂਡੋ ਸਰਕਾਰ ਵਿਰੋਧੀ ਧਿਰਾਂ ਨਾਲ ਡੀਲ ਸਿਰੇ ਚੜਾਉਣ ਵਿੱਚ ਕਾਮਯਾਬ ਹੋ ਗਈ ਹੈ। ਸ਼ਨੀਵਾਰ ਨੂੰ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਬਿੱਲ ਉਦੋਂ ਪਾਸ ਹੋ ਸਕਿਆ ਜਦੋਂ ਕੰਜ਼ਰਵੇਟਿਵਾਂ ਨੇ ਲੰਬੇ ਸਮੇਂ ਤੱਕ ਸਵਾਲ ਜਵਾਬ ਕਰਕੇ ਬਿੱਲ ਨੂੰ ਪਾਸ ਕਰਨ ਦੀ ਥਾਂ ਤੇ ਬਿੱਲ ਟਾਈ ਕਰਨ ਦੀ ਆਪਣੀ ਕੋਸ਼ਿਸ਼ ਛੱਡ ਦਿੱਤੀ। ਈਸਟਰ ਦੇ ਮੌਕੇ ਲੌਂਗ ਵੀਕਐਂਡ ਉੱਤੇ ਵਿਲੱਖਣ ਐਮਰਜੈਂਸੀ ਸਿਟਿੰਗ ਲਈ ਟੁਕੇ ਹਾਊਸ ਆਫ ਕਾਮਨਸ ਤੋਂ ਕੁਝ ਘੰਟੇ ਪਹਿਲਾਂ ਸਵੇਰ ਵੇਲੇ
ਨਿਊਜ਼ ਕਾਨਫਰੰਸ ਵਿੱਚ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਆਖਿਆ ਕਿ ਉਹਨਾਂ ਦੀ ਪਾਰਟੀ ਬਿੱਲ ਪਾਸ ਕਰਨ ਲਈ ਸਹਿਮਤ ਹੋਈ ਹੈ ਤੇ ਉਹ ਪਾਰਲੀਮੈਂਟ ਦੇ ਭਵਿੱਖ ਬਾਰੇ ਬਾਅਦ ਵਿੱਚ ਗੱਲਬਾਤ ਕਰਨਗੇ। ਇਸ ਬਿੱਲ ਜਿਸ ਦੇ ਹਾਊਸ ਆਫ ਕਾਮਨਸ ਤੇ ਸੈਨੇਟ ਵਿੱਚ ਪਾਸ ਹੋਣ ਦੇ ਨਾਲ ਨਾਲ ਸ਼ਾਹੀ ਮਨਜ਼ੂਰੀ ਵੀ ਹਾਸਲ ਕਰਨ ਦੀ ਉਮੀਦ ਸੀ, ਤਹਿਤ ਫੈਡਰਲ ਸਰਕਾਰ ਕਰਮਚਾਰੀਆਂ ਵੱਲੋਂ ਕੀਤੇ ਜਾਣ ਵਾਲੇ ਪਹਿਲੇ $58,700 ਦਾ 75% ਅਦਾ ਕਰੇਗੀ, ਜੋ ਕਿ 12 ਹਫ਼ਤੇ ਤੱਕ $847 ਪ੍ਰਤੀ ਹਫ਼ਤਾ ਤੱਕ ਹੋਵੇਗਾ। ਇਹ ਸਬਸਿਡੀ 15 ਮਾਰਚ ਤੋਂ ਹੀ ਲਾਗੂ ਹੋਵੇਗੀ ਤੇ ਉਹਨਾਂ ਕੰਪਨੀਆਂ ਨੂੰ ਦਿੱਤੀ ਜਾਵੇਗੀ ਜਿਹੜੀਆਂ ਮਾਰਚ ਵਿੱਚ ਆਪਣੀ 15% ਕਮਾਈ ਗੁਆ ਚੁੱਕੀਆਂ ਹੋਣਗੀਆਂ ਜਾਂ ਅਪ੍ਰੈਲ ਜਾਂ ਮਈ ਵਿੱਚ ਆਪਣੀ 30% ਆਮਦਨ ਗੁਆ ਚੁੱਕੀਆਂ ਹੋਣਗੀਆਂ। ਵਿੱਤ ਮੰਤਰੀ ਬਿੱਲ ਮੌਰਨਿਊ ਨੇ ਆਖਿਆ ਕਿ ਇਹ ਪੈਸਾ 2 ਜਾਂ 5 ਹਫ਼ਤਿਆਂ ਵਿੱਚ ਮਿਲਣ ਲੱਗੇਗਾ ਕਿਉਂਕਿ ਸਰਕਾਰ ਇਸ ਨੂੰ ਜਲਦ ਤੋਂ ਜਲਦ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ। Okay. Alors, merci beaucoup à tout le monde. Today has been an exceptional day in the midst of exceptional times. A few weeks ago, the Deputy Speaker, the Honorable Member for Simcoe North, and Assistant Deputy Speaker, the Honorable Member for Algoma, Manitoulin, Kapuskasing, presided over the chamber as a small group of members gathered to pass emergency legislation that would help Canadians cope with some of the devastating effects of the global pandemic that has hit this country. ਪਿਛਲੇ 24 ਘੰਟਿਆਂ ਦੌਰਾਨ ਓਨਟਾਰੀਓ ਵਿੱਚ ਕੋਵਿਡ-19 ਕਾਰਨ 32 ਹੋਰ ਮੌਤਾਂ ਦਰਜ ਕੀਤੀਆਂ ਗਈਆਂ। ਈਸਟਰ ਐਤਵਾਰ ਨੂੰ ਸ਼ਾਮੀ 5 ਵਜੇ ਤੱਕ ਰੀਜਨਲ ਪਬਲਿਕ ਹੈਲਥ ਯੂਨਿਟਸ ਵੱਲੋਂ ਕੋਵਿਡ-19 ਨਾਲ 32 ਹੋਰ ਮੌਤਾਂ ਹੋਣ ਦੀ ਸੂਚਨਾ ਦਿੱਤੀ ਗਈ। ਓਨਟਾਰੀਓ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 8,021 ਸੰਭਾਵੀ ਜਾਂ ਅਜਿਹੇ ਕੇਸ ਨੇ ਜਿਨ੍ਹਾਂ ਦੀ ਪੁਸ਼ਟੀ ਹੋ ਚੁੱਕੀ ਹੈ। ਸ਼ਨੀਵਾਰ ਸ਼ਾਮ 5 ਵਜੇ ਤੱਕ 425 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਸ਼ਨੀਵਾਰ ਸਵੇਰ ਤੋਂ ਲੈ ਕੇ ਐਤਵਾਰ ਸਵੇਰ ਤੱਕ ਭਾਵ 24 ਘੰਟਿਆਂ ਦੇ ਦੌਰਾਨ ਪ੍ਰੋਵਿੰਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਇਜ਼ਾਫਾ ਹੋਇਆ। ਸ਼ਨੀਵਾਰ ਨੂੰ ਸਿਟੀ ਵੱਲੋਂ ਦੱਸਿਆ ਗਿਆ ਸੀ ਕਿ ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਉਹਨਾਂ ਵੱਲੋਂ 79 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਨੇ। ਪ੍ਰੋਵਿੰਸ ਅਨੁਸਾਰ ਕੋਵਿਡ-19 ਕਾਰਨ ਹੁਣ ਤੱਕ 738 ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਚੁੱਕਾ ਏ। ਇਹਨਾਂ ਵਿੱਚੋਂ 261 ਇੰਟੈਂਸਿਵ ਕੇਅਰ ਯੂਨਿਟ ਵਿੱਚ ਨੇ। ਪ੍ਰੋਵਿੰਸ ਵੱਲੋਂ ਇਹ ਵੀ ਦੱਸਿਆ ਗਿਆ ਕਿ 3,121 ਮਰੀਜ਼ ਕੋਵਿਡ-19 ਕਾਰਨ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਹੁਣ ਸਿਹਤਯਾਬ ਹੋ ਚੁੱਕੇ ਨੇ। So let's look at those and see how that goes in the context of where I think we are at and how we're doing on the overall aspect of our physical distancing in that. So right now in Ontario we had another 411 confirmed cases from our previous report. That gives us a total of 6,648 confirmed cases of COVID-19 in Ontario reported through our integrated public health information system. Again, the percents are fairly consistent with before, slightly more percent female than male, and about 38% are 60 years of age and older. Most are in the Greater Toronto Area, 53.4%. We had unfortunately, another 31 deaths reported since the last report. That puts our total in Ontario up to 253 deaths reported at this time. We have 79 outbreaks in our long-term care facilities and 109 deaths related to those outbreaks. So you can see they make up a large proportion of our deaths here in Ontario. We continue to see lots of cases resolving. So we're now at 2,858, heading to 3,000 cases resolved. That represents currently 43% of our cases. ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਹਾਮਾਰੀ ਦੇ ਖਤਰੇ ਬਾਰੇ ਚੌਕਸ ਕੀਤਾ ਗਿਆ ਸੀ, ਪਰ ਉਹ ਇਸ ਨੂੰ ਅਣਗੌਲਿਆਂ ਕਰਦੇ ਰਹੇ ਤੇ ਸੁਨੇਹਿਆਂ ਵੱਲ ਧਿਆਨ ਦੇਣ ਦੀ ਥਾਂ ਅਰਥਚਾਰੇ ਤੇ ਧਿਆਨ ਕੇਂਦਰਿਤ ਕਰਦੇ ਰਹੇ। ਇਹ ਗੱਲ ਅਮਰੀਕਾ ਦੀ ਇੱਕ ਮੁੱਖ ਅਖਬਾਰ ਵਿੱਚ ਕਹੀ ਗਈ ਹੈ। ਨਿਊਯਾਰਕ ਟਾਈਮਸ ਵਿੱਚ ਛਪੀ ਖਬਰ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਖੁਫੀਆ ਏਜੰਸੀਆਂ, ਕੌਮੀ ਸੁਰੱਖਿਆ ਸਹਾਇਕਾਂ ਤੇ ਸਰਕਾਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਉਣ ਵਾਲੀ ਮਹਾਮਾਰੀ ਤੇ ਉਸਦੇ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਸੀ, ਪਰ ਟਰੰਪ ਨੇ ਸੰਕਟ ਨੂੰ ਗੰਭੀਰਤਾ ਨਾਲ ਨਹੀਂ ਲਿਆ। ਨਿਊਯਾਰਕ ਟਾਈਮਸ ਨੇ ਕਿਹਾ ਇਹ ਖੁਲਾਸਾ ਹੋਇਆ ਹੈ ਕਿ ਰਾਸ਼ਟਰਪਤੀ ਨੂੰ ਮਹਾਮਾਰੀ ਬਾਰੇ ਚੇਤਾਵਨੀ ਦਿੱਤੀ ਗਈ ਸੀ, ਪਰ ਅੰਦਰੂਨੀ ਫੁੱਟ ਯੋਜਨਾ ਦੀ ਘਾਟ ਤੇ ਆਪਣੇ ਸੁਭਾਵਿਕ ਗਿਆਨ ਤੇ ਉਹਨਾਂ ਦਾ ਭਰੋਸਾ ਹੀ ਸੁਸਤ ਪ੍ਰਕਿਰਿਆ ਦੀ ਵਜ੍ਹਾ ਬਣਿਆ। ਜੌਹਨਸ ਹੌਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ, ਜਿੱਥੇ 5,82,000 ਤੋਂ ਵੱਧ ਕੋਰੋਨਾ ਦੇ ਮਾਮਲੇ ਨੇ। ਉੱਥੇ 23,414 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਅਖਬਾਰ ਨੇ ਕਿਹਾ ਵਾਈਟ ਹਾਊਸ ਦੇ ਸਿਖਲ ਸਲਾਹਕਾਰਾਂ ਦੇ ਨਾਲ ਹੀ ਮੰਤਰੀ ਮੰਡਲ ਦੇ ਮਾਹਿਰਾਂ ਤੇ ਖੁਫੀਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਸੀ ਤੇ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਜੰਗੀ ਪੱਧਰ ਦੀ ਕਾਰਵਾਈ ਦੀ ਅਪੀਲ ਕੀਤੀ ਸੀ। ਟਰੰਪ ਦਾ ਨਜ਼ਰੀਆ ਪ੍ਰਸ਼ਾਸਨ ਦੇ ਅੰਦਰ ਚੀਨ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਦੇ ਨਾਲ ਇਸ ਸ਼ੱਕ ਉੱਤੇ ਵੀ ਆਧਾਰਿਤ ਸੀ ਕਿ ਅਧਿਕਾਰੀਆਂ ਨੂੰ ਇਸ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਅਧਿਕਾਰੀਆਂ ਵੱਲੋਂ ਪ੍ਰਗਟਾਏ ਗਏ ਖਦਸ਼ਿਆਂ ਨੂੰ ਅਕਸਰ ਹੀ ਆਰਥਿਕ ਤੇ ਸਿਆਸੀ ਵਿਚਾਰਧਾਰਾਵਾਂ ਤੋਂ ਚੁਣੌਤੀ ਮਿਲਦੀ ਸੀ, ਜਿਸ ਕਾਰਨ ਫੈਸਲਾ ਲੈਣ ਵਿੱਚ ਦੇਰੀ ਹੋਈ। ਤੇ ਸਾਨੂੰ ਤਲੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। 10 ਲੱਖ ਤੋਂ ਵੱਧ ਕੈਨੇਡੀਅਨ ਲੋਕਾਂ ਨੇ ਕੋਰੋਨਾ ਵਾਇਰਸ ਕਾਰਨ ਗੁਆਈਆਂ ਨੌਕਰੀਆਂ। ਮੈਨੀਟੋਬਾ ਵਿੱਚ 25,000 ਤੋਂ ਵੱਧ ਲੋਕ ਹੋਏ ਬੇਰੁਜ਼ਗਾਰ।
ਭਾਰਤੀ ਵਿਦਿਆਰਥੀਆਂ ਨੂੰ ਰਾਜੂਤ ਸੰਧੂ ਦੀ ਸਲਾਹ। ਅਲਬਰਟਾ ਵਿੱਚ 1651 ਪੀੜਤ, 800 ਤੋਂ ਵੱਧ ਹੋਏ ਤੰਦਰੁਸਤ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਕਰੀਬੀ ਦੋਸਤ ਸਟੇਨਲੀ ਚੇਰਾ ਦੀ ਕੋਰੋਨਾ ਵਾਇਰਸ ਨਾਲ ਮੌਤ। ਆਨਲਾਈਨ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਦੇਵੇਗੀ ਵਰਕ ਪਰਮਿਟ। ਹੈਲਥ ਕੈਨੇਡਾ ਨੇ ਕੋਵਿਡ 19 ਟੈਸਟਿੰਗ ਕਿੱਟਸ ਨੂੰ ਦਿੱਤੀ ਮਨਜ਼ੂਰੀ। $73 billion ਦੇ ਵੇਜ ਸਬਸਿਡੀ ਪ੍ਰੋਗਰਾਮ ਨੂੰ ਮਿਲੀ ਹਰੀ ਝੰਡੀ। ਓਨਟਾਰੀਓ ਵਿੱਚ ਕੋਵਿਡ 19 ਕਾਰਨ ਹੋਈਆਂ 32 ਹੋਰ ਮੌਤਾਂ ਤੇ ਟਰੰਪ ਦੇ ਹੱਥ ਕਾਰਨ ਮਹਾਂਮਾਰੀ ਦੀ ਮਾਰ ਹੇਠ ਆਇਆ ਅਮਰੀਕਾ। ਇਹਦੇ ਨਾਲ ਹੀ ਪੰਜਾਬ ਟੀਵੀ ਦਾ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ।